ਤੁਸੀਂ ਇੱਥੇ ਸਵਾਗਤ ਹੈ ਇੱਕ ਨੋ ਬਲੌਗ 'ਚ। ਤਾਜ਼ਾ ਹੈ ਚੱਲੇ ਬਾਥੂ ਲੜੀ ਆ, ਟਾਈਮ ਹੋਈ ਜਾਣੇ 6:32, ਬਹੁਤ ਜ਼ਿਆਦਾ ਲੇਟ ਹੋਈ ਹੈ ਨਾ, ਤਾਂ ਕਿਆ ਕਰੀਏ, ਕੁਛ ਨਹੀਂ। ਵੈਸੇ ਤਾਂ ਵੀ ਬਹੁਤ ਜ਼ਿਆਦਾ ਗਰਮੀ ਹੈ, ਉਹ ਟੈਂਪਰੇਚਰ ਵੀ ਬੜਾ ਆਈ ਹੋਈ ਆ। ਮੈਂ ਅੱਜ ਦੱਸਦੇ ਕੁੰਡ ਕੁੰਡ ਚੱਲਿਆ, ਮੈਂ ਚੱਲਿਆ, ਮੇਰਾ ਭਰਾ ਚੱਲਿਆ ਮੋਹਿਤ, ਕਹਿੰਦੇ ਚੱਲੇ ਸਾਡੇ ਸਾਜਨ ਬਾਬੂ ਬਾਥੂ ਲੜੀ ਆ, ਪੂਰੀ ਜਾ ਕੇ ਇੰਜੋਏ ਕਰਨ। ਉੱਥੇ ਜਾ ਕੇ ਪੂਰੇ ਦੱਸਦੇ ਕਿ ਕਿਆ ਸੀਨ ਹੈ, ਕਿ ਬਾਥੂ ਲੜੀ ਬੋਲਦੇ ਕੀ ਸੀ ਨਾ। ਤਾਂ ਅਸੀਂ ਚੱਲਦੇ ਹੁਣ ਆਪਣੀ ਸਪਲੈਂਡਰ ਪਰ, ਕਿਉਂਕਿ ਇਸ ਦੇ ਬਿਨਾਂ ਤਾਂ ਅਸੀਂ ਜਾ ਹੀ ਨਹੀਂ ਸਕਦੇ ਕਿਤੇ ਵੀ, ਕਿਉਂਕਿ ਇਹ ਸਾਡੀ ਚਾਰਜ ਲਈਏ। ਮੈਂ ਪੁੱਜੀ ਸਾਜ ਨੇ ਕਰਿਆ, ਇਹ ਪਿੱਛੇ ਦਿਸਦੇ ਸਾਜ ਨੇ ਕਰ, ਤਾਂ ਦੀਦੀ ਲੈਣਾ ਹੈ ਤਾਂ ਅਸੀਂ ਜਾਣਾ ਅੱਗੇ, ਕਿਉਂਕਿ ਅਸੀਂ ਲੈ ਕੇ ਜਾਣਾ ਅੱਜ ਬਸ ਰੜੀ ਆ ਯਾਰ। ਕਿਆ ਟੈਕਸੀ ਸਟੈਂਡ ਬਣਾਏ ਤਿਆ, ਬੜਾ ਵਧੀਆ ਤਰੀਕੇ ਨਾਲ, ਮੈਨੇ ਇਹ ਦੇ ਸਕਦੇ ਸਨਸੈਟ। ਸਾਡੇ ਸਾਜਨ ਬਾਬੂ ਵੀ ਆਏ ਸੀਗੇ ਨਾ, ਹੁਣ ਚੱਲਦੇ ਅਸੀਂ ਅੱਗੇ ਦੀ ਕਾਰਵਾਈ ਕਰਨਾ, ਬਾਥ ਹੋਈ ਲੜੀ ਆ। ਚਲੋ ਭਾਈ ਅਸੀਂ ਚੱਲ ਪਏ ਨਾ ਸਾਜਨ ਲੈ ਕੇ ਆਪਣੀ ਫਟਫਟੀਏ ਪਰ ਦੂਰ ਪਾਰ। ਤੁਸੀਂ ਅਸੀਂ ਹੁਣ ਪਤਾ ਨਹੀਂ ਕੌਣ ਆਉਂਦਾ ਆਉਂਦਾ, ਚੱਲਦੇ ਅਸੀਂ ਟੰਨੀ ਵਾਲੀ ਸਾਈਡ, ਇਸ ਸਾਈਡ ਲੈਂਦੇ ਹਾਂ ਟਰਨ, ਕਿਉਂਕਿ ਅਸੀਂ ਜਾਣਾ ਬਾਥੂ ਲੜੀ ਆ, ਤਾਂ ਹੀ ਆਉਣਾ ਜੇ ਅਸੀਂ ਪੁੱਜੀਏ ਟੈਂਪੂ ਚ ਅਸੀਂ ਟੰਨੀ ਟੰਨੀ ਤੇ ਹੁਣ ਮਾਰਦੇ ਅਸੀਂ ਲੈਫਟ। ਓ ਹੋ 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 ਭਾਈ ਹੁਣ ਮਾਰਦੇ ਇੱਥੋਂ ਐਂਟਰ, ਕਿਉਂਕਿ ਅਸੀਂ ਜਾਣਾ ਬਾਥੂ ਲੜੀ ਆ। ਭਾਈ ਸਾਹਿਬ ਹੁਣ ਆਉਣਾ ਸ੍ਰੀ ਨਜ਼ਾਰੇ, ਆਏ ਹਾਏ ਮਜ਼ੇ ਦੋਸਤੋ। ਦਿਸੇ ਤਾਂ ਅਸੀਂ ਬਾਥੂ ਲੜੀ ਆ ਕੱਚੇ ਰੋੜੇ ਪਰ ਪੁੱਜੀਏ ਨਾ, ਹੁਣ ਅਸੀਂ ਚੱਲਦੇ ਆਸਤੇ ਆਸਤੇ, ਕਿਉਂਕਿ ਬਾਕੀ ਆ ਦਿਨ ਅਸੀਂ ਜਾ ਦੇਣ, ਤੁਸੀਂ ਦੇਖ ਸਕਦੇ ਕਿੰਨੀ ਜ਼ਿਆਦਾ ਧੂੜ ਹੈ। ਇਹ ਸਰਕਾਰਾਂ ਬਣਾਇਆ ਨਹੀਂ ਹਾਲੇ ਤੱਕ, ਕਿਉਂਕਿ ਟੂਰਿਜ਼ਮ ਕੱਲ੍ਹ ਹੀ ਆਉਂਦਾ ਚੱਲੂ, ਕਿਆ ਬੋਲਦੇ ਪਾਣੀ ਦਾ ਬਾਹਰ ਹੋਇਆ, ਤਾਂ ਅਸੀਂ ਚੱਲੇ ਆਸਤੇ ਆਸਤੇ। ਇਹ ਦੇਖਾ ਓਵਰਟੇਕ, ਭਾਈ ਓਵਰਟੇਕ ਕਰਨ ਦੀ ਕਿਆ ਜ਼ਰੂਰਤ ਹੈ। ਤਾਂ ਦੋਸਤੋ ਦੇਖ ਸਕਦੇ ਵੈਲਕਮ ਟੂ ਪੌਂਗ ਡੈਮ ਲੇਕ, ਤਾਂ ਇਹ ਸਵਾਗਤ ਕਰਦੇ ਨਾ, ਇੱਥੋਂ ਤਾਂ ਐਂਟਰੀ ਹੈ ਦੇਖ ਸਕਦੇ। ਅਸੀਂ ਚੱਲੇ ਆਸਤੇ ਆਸਤੇ, ਪਰ ਟੂਰਿਜ਼ਮ ਇਤਨਾ ਜ਼ਿਆਦਾ ਹੈ ਕਿ ਹਾਕੀ ਅਸੀਂ ਸਵੇਰੇ ਦਾ ਪਾਊਡਰ ਇਹਨਾਂ ਲਾਇਆ, ਤਾਂ ਪਾਊਡਰ ਇਹਨਾਂ ਬੁੱਕਦੇ ਤੇ ਹਾਕੀ। ਇਹ ਦੇਖਾ HP 39 TV ਨੰਬਰ, ਟੂਰਿਜ਼ਮ ਇਤਨਾ ਜ਼ਿਆਦਾ ਹੈ, ਪਰ ਸਰਕਾਰਾਂ ਵੀ ਹੋਣਾ ਚਾਹੀਦਾ ਕਿ ਥੋੜ੍ਹਾ ਟੂਰਿਜ਼ਮ ਵਧਾਉਣ ਵਾਸਤੇ ਥੋੜ੍ਹਾ ਕੁਛ ਹੋਰ ਵੀ ਕਰਨਾ ਚਾਹੀਦਾ ਪ੍ਰਯਾਸ। ਦੂਰੇ ਦੂਰੇ ਦੇ ਆਉਂਦੇ ਲੋਕ ਸੀ ਮੰਦਰ ਦਿਖਣ ਵਾਸਤੇ, ਪਰ ਇਹ ਦੇਖ ਸਕਦੇ ਇੱਥੋਂ ਸ਼ਮਸ਼ਾਨ ਘਾਟ ਵੀ ਹਨ, ਸ਼ਮਸ਼ਾਨ ਘਾਟ ਵੀ ਵਧੀਆ ਤਰੀਕੇ ਨਾਲ ਬਣਾਏ ਤੇ ਹੁਣ। ਬਾਕੀ ਤਾਂ ਤੁਸੀਂ ਆਕੇ ਆਪੀ ਸਮਝਦਾਰ ਯਾਰ, ਚਾਚਾ ਲਾਇਆ ਹਾ ਗੰਨਿਆ, ਜੂਸ ਖਤਮ ਹੋਈ ਹੈ ਤਾਂ ਚੱਲ ਪਿਆ ਕਰੇ, ਤਾਂ ਅਸੀਂ ਵੀ ਚੱਲ ਰਹੇ ਬਾਥੂ ਲੜੀਆ ਹੁਣ, ਕਿਉਂਕਿ ਇਹ ਮੌਸਮ ਹੈ ਠੰਡਾ ਠੰਡਾ, ਕਿ ਇਸੀ ਮੌਸਮ ਵਿੱਚ ਅਸੀਂ ਕਿਆ ਬੋਲਦੇ ਇੰਜੋਏ ਕਰੀਏ ਪੂਰਾ। ਪਰ ਉਹ ਸਾਹਮਣੇ ਦੇਖ ਸਕਦੇ ਭੀਮ ਸ਼ਿਲਾ, ਤਾਂ ਕਿ ਮੈਂ ਪਹਿਲੇ ਵਾਲੇ ਬਲੌਗੇ 'ਚ ਵੀ ਦੱਸ ਚੁੱਕਿਆ ਹੈ ਕਿ ਕਿਸ ਵਾਸਤੇ ਆ ਹੈ ਭੀਮ ਸ਼ਿਲਾ, ਤਾਂ ਅਸੀਂ ਹੁਣ ਚੱਲਦੇ ਹਾਂ, ਕਿਉਂਕਿ ਦੇਖ ਸਕਦੇ ਬਾਥੂ ਲੜੀ ਉਹ ਹੈ, ਟੂਰਿਜ਼ਮ ਕਿੰਨਾ ਜ਼ਿਆਦਾ ਹੈ, ਸਾਰੇ ਬੜੇ ਗੈਂਗ ਆ ਦੀ ਆ, ਤਾਂ ਅਸੀਂ ਜਲਦੀ ਜਲਦੀ ਚੱਲਣੇ ਆ। ਬੰਦ ਕਰ ਸਾਰੇ ਆ ਦੇ ਨਾ, ਕਹਿੰਦਾ ਜਾ ਦੇ ਨਾ ਬਾਥੂ ਲੜੀ ਆ, ਕਿਉਂਕਿ ਇਸ ਟਾਈਮ ਨਜ਼ਾਰੇ ਨੇ ਪੂਰੇ, ਪਰ ਸਵੇਰੇ ਦਾ ਅਸੀਂ
ਨੋ ਧੋਈ ਕੇ ਪਾਊਡਰ ਨਹੀਂ ਲਾਇਆ ਤਾਂ ਇਹਨਾਂ ਪਾਊਡਰ ਹੱਕੀ ਬੜਾ ਮਿਲ ਜਾਇਆ ਤਾਂ ਇਹ ਵੀ ਮਲਣਾ ਥੋੜ੍ਹਾ ਜਿਹਾ ਜਾਏ ਕਿ ਪਰ ਅਸੀਂ ਮਲ ਹੀ ਨਹੀਂ ਸਕਦੇ ਇਸ ਟਾਈਮ ਦੇਖ ਸਕਦੇ ਇਹ ਦਿਖਾ ਰਸਤੇ ਬੜੇ ਨਾ ਭਾਈ ਸਾਰੇ ਫੈਮਿਲੀ ਮੈਂਬਰ ਆ ਦੇ ਇਸ ਟਾਈਮ ਕਿਉਂਕਿ ਤੱਕ ਪਤਾ ਇਸ ਟਾਈਮ ਨਾ ਧੁੱਪ ਹੁੰਦੀ ਜ਼ਿਆਦਾ ਨਾ ਕੁਛ ਨਾ ਕੁਛ ਬਸ ਠੰਡਾ ਮੌਸਮ ਇੰਜੋਏ ਕਰੋ ਪੂਰਾ ਫੁੱਲ ਪੂਰਾ ਇੰਜੋਏ ਜਿਸ ਹਿਸਾਬੇ ਨਾਲ ਉਹਦਾ ਤਾਂ ਨਜਿੱਗਰ ਹੀ ਹੈ ਗੁਰੂ ਜੀ ਆ ਗੁਰੂ ਜੀ ਦੋਸਤੋ ਜਿਸ ਤਰ੍ਹਾਂ ਦੇ ਦਿਖਵਾ ਦੇ ਇਹ ਤਾਂ ਬਾਈ ਬਾਥੂ ਲੜੀ ਅੱਜ ਮੇਲਾ ਹੀ ਲੱਗਿਆ ਇਸ ਟਾਈਮ ਦੇਖ ਸਕਦੇ ਤੁਸੀਂ ਕਿੰਨੀ ਜ਼ਿਆਦਾ ਟ੍ਰੈਫਿਕ ਹੈ ਮਤਲਬ ਬੜੇ ਜ਼ਿਆਦਾ ਲੋਕ ਆਏ ਉਹਨਾਂ ਪਬਲਿਕ ਬੜੀ ਜ਼ਿਆਦਾ ਹੈ ਕਿਉਂਕਿ ਬਾਥੂ ਲੜੀ ਦਿਖਣ ਵਾਸਤੇ ਬੜੇ ਦੂਰ ਦੂਰ ਦੇ ਪੰਜਾਬ ਤੋਂ ਲੈ ਕੇ ਸਾਰੇ ਇੱਥੋਂ ਆਉਂਦੇ ਨੇ ਇਹ ਦੇਖ ਸਕਦੇ ਤੁਸੀਂ ਕਿਆ ਨਜ਼ਾਰੇ ਨੇ ਇਸ ਟਾਈਮ ਪਰ ਇਹ ਸਹੀ ਜਗ੍ਹਾ ਹੈ ਜਿੱਥੋਂ ਇੱਕ ਵਾਰੀ ਰੀਲ ਪਾਏਗੇ ਨਾ ਤਾਂ ਵਾਇਰਲ ਹੁੰਦੀ ਆ ਅਤੇ ਇਹ ਦੇਖ ਸਕਦੇ ਵਾਇਰਲ ਰੀਲ ਵਾਲੀ ਜਗ੍ਹਾ ਲੋਕੇਸ਼ਨ ਇਹ ਦੇਖ ਸਕਦੇ ਯਾਰ ਪੁੱਜੀ ਆਈ ਬਾਥੂ ਕੀ ਲੜੀ ਮੈਂ ਬਾਥੂ ਲੜੀ ਬਾਕੀ ਹੋਰ ਕੋਈ ਜਗ੍ਹਾ ਫੇਮਸ ਹੈ ਕਿ ਨਹੀਂ ਦੀਵਾਲੀ 'ਚ ਪਰ ਇਹ ਲੋਕੇਸ਼ਨ ਸਭ ਤੋਂ ਜ਼ਿਆਦਾ ਫੇਮਸ ਹੈ ਭਾਈ ਬਾਥੂ ਲੜੀ ਇਹ ਦੇਖਦੇ ਦੂਰੇ ਦੂਰੇ 'ਤੇ ਬੰਦੇ ਆਏ ਹੋ ਨਾ ਭਾਈ ਓਹੋ ਦੇਖ ਸਕਦੇ ਤੁਸੀਂ ਜਿਸ ਪ੍ਰਕਾਰ ਕਹਿੰਦੇ ਇਹ ਆ ਪਾਣੀਆਂ 'ਚ ਰਹਿਣ ਵਾਲਾ ਮੰਦਿਰ 6 ਮੰਥ ਵਾਸਤੇ ਇਹ ਦੇਖ ਸਕਦੇ ਕਿੰਨਾ ਜ਼ਿਆਦਾ ਕਰਾਊਡ ਹੈ ਇਹ ਦੇਖ ਸਕਦੇ ਤੁਸੀਂ ਤਾਂ ਦੇਖ ਸਕਦੇ ਇਹ ਉਹੀ ਲੋਕੇਸ਼ਨ ਹੈ ਜਿਸ 'ਚ ਇੱਕ ਵਾਰੀ ਤੁਸੀਂ ਰੀਲ ਪਾਉਂਗੇ ਤਾਂ ਵਾਇਰਲ 100% ਹੋਣੀ ਹੈ ਕਹਿੰਦੇ ਇਹ ਦੇਖ ਸਕਦੇ ਤੁਸੀਂ ਪਾਣੀ 'ਚ ਰੀਲ ਚੁੱਕੀ ਕਿ ਸਾਰਾ ਕੁਛ ਟੁੱਟੀ ਗਈ ਹੈ ਸਭ ਕੁਛ ਇਹ ਦੇਖ ਸਕਦੇ ਤਾਂ ਦੇਖ ਸਕਦੇ ਤੁਸੀਂ ਬਾਥ ਲੜੀ ਇੰਨਾ ਜ਼ਿਆਦਾ ਕਰਾਊਡ ਹੈ ਦੇਖ ਸਕਦੇ ਬਹੁਤ ਜ਼ਿਆਦਾ ਪਰ ਪਾਣੀ ਅਜੇ ਜ਼ਿਆਦਾ ਜਾਣਾ ਨਹੀਂ ਚਾਹੀਦਾ ਕਿਉਂਕਿ ਇੱਥੋਂ ਮੌਤਾਂ ਹੀ ਬੜੀ ਜ਼ਿਆਦਾ ਹੋਈਆਂ ਕਹਿੰਦੇ ਇਹ ਸਨਸੈਟ ਦਿਖਾ ਤੁਸੀਂ ਦੋਸਤੋ ਮੈਂ ਤਾਂ ਤੱਕ ਹੀ ਦੱਸਿਆ ਕਿ ਬਾਥੂ ਲੜੀ ਨਾ ਕੀ ਹੈ ਪਿਆ ਕਿਉਂਕਿ ਇਹ 21 ਸੰਖਿਆ 'ਚ ਮੰਦਰ ਬਣੇ ਨਾ 21 ਰੋਜ਼ 'ਚ ਤਾਂ ਬਣੇ ਨੇ ਜਿਸ ਕਾਰਨ ਇਹਦਾ ਬਾਥੂ ਲੜੀ ਹੋਇਆ ਨਾ ਇਹ ਦੇਖੇ ਇਸ 'ਚ ਨਾ ਕੋਈ ਇੰਜੀਨੀਅਰਿੰਗ ਦਾ ਕੋਈ ਉਹ ਹੈ ਤਜੁਰਬਾ ਕਹਿੰਦੇ ਇਹ ਦੇਖ ਸਕਦੇ ਪੂਰਾ ਕਹਿੰਦਾ ਇਹ ਦੇਖਾ ਲੋਕਾਂ ਨੂੰ ਉੱਪਰ ਚੜ੍ਹੀ ਗਏ ਕੁਛ ਵੀ ਹੋ ਸਕਦਾ ਬਾਈ ਸੋ ਦੇਖ ਸਕਦੇ ਮੰਦਰ 'ਚ ਪਹਿਲਾਂ ਚੜਾਵਾ ਜਿਹੜਾ ਚੜ੍ਹਦਾ ਹੈ ਲੋਕਲ ਬੰਦੇ ਲੈ ਲੈਂਦੇ ਤਾਂ ਹੁਣ ਪ੍ਰਸ਼ਾਸਨ ਆਪਣੇ ਅੰਡਰ ਲੈ ਲਿਆ ਤਾਂ ਇਹ ਪੂਰੇ ਦੇਖ ਸਕਦੇ ਕਰਾਊਡ ਦੇਖ ਸਕਦੇ ਪਾਣੀ ਵੈਸੇ ਇਹ ਭੇਜ ਚੁੱਕਿਆ ਦਰਬਾਰ ਇਹ ਕੁਛ ਇਸ ਤਰ੍ਹਾਂ ਹੈ ਦੇਖ ਸਕਦੇ ਪੂਰੇ ਇੱਥੋਂ ਨਜ਼ਾਰਾ ਲੈ ਦੇ ਪਰ ਇਤਿਹਾਸ ਦੇ ਬਾਰੇ ਇੱਥੋਂ ਕਿਸੇ ਵੀ ਨਹੀਂ ਪਤਾ ਦੇਖ ਸਕਦੇ ਜਿੱਥੇ ਜ਼ਿਆਦਾ ਟੂਰਿਜ਼ਮ ਹੈ ਤਾਂ ਇੱਥੋਂ ਪਾਏ ਗੰਦ ਵੀ ਹੋਣਾ ਅਤੇ ਇਹ ਦੇਖਾ ਗੰਦ ਫੁੱਕੀ ਇੱਥੇ ਜਾ ਦੇਣਾ ਦੇਖ ਸਕਦੇ ਜਿੱਥੇ ਟੂਰਿਜ਼ਮ ਹੈ ਤਾਂ ਇੱਥੋਂ ਕੰਮ ਵੀ ਹੈ ਚੱਲਿਆ ਇਹ ਦੇਖ ਸਕਦੇ ਅੱਗ ਲਾਈ ਤੀ ਬਾਈ ਸਾਰੇ ਫੋਟੋ ਸਨੈਪ ਸਭ ਕਰ ਖਿੱਚਿਆ ਨਾ ਤਾਂ ਇਹ ਚੱਲਿਆ ਅਜੇ ਮੰਦਰ ਅੰਦਰ ਮੱਥਾ ਟੇਕਣਾ ਫਿਰ ਚੱਲ ਪਾਉਂਦੇ ਘਰੇ ਉੱਥੋਂ ਦੇਖ ਸਕਦੇ ਹੁਣ ਇੱਥੋਂ ਖਾਣੇ ਪੀਣੇ ਦੇ ਸਮਾਨ ਵੀ ਵਿਕਦੇ ਨੇ ਪਰ ਕੂੜਾ ਹੈ ਕੂੜਾ ਵੀ ਸੁੱਟ ਦਿੰਦੇ ਯਾਰ ਇਹਦੇ ਕੋਈ ਕੂੜੇ ਦੀ ਕੋਈ ਡਾਲਣ ਦੀ ਕੋਈ ਵਿਵਸਥਾ ਨਹੀਂ ਹੈ ਤਾਂ ਦੋਸਤੋ ਦੇਖ ਸਕਦੇ ਅਸੀਂ ਹੁਣ ਚੱਲੇ ਮੰਦਰ ਅੰਦਰ ਮੱਥਾ ਟੇਕਣਾ ਦੇਖ ਸਕਦੇ ਅਸੀਂ ਮੰਦਰ ਅੰਦਰ ਐਂਟਰ ਕਰ ਚੁੱਕੇ ਨਾ ਔਰ
ਟੇਕਦੇ ਨੇ। ਦੋਸਤੋ ਦੇਖ ਸਕਦੇ ਮੰਦਰ ਅੰਦਰ ਆਏ ਪੁੱਛੇ ਕਿ ਛੋਲੇ ਸ਼ੰਕਰ ਦੇ ਦਰਸ਼ਨ ਕਰਨਾ, ਇਹ ਚੈੱਕ ਕਰ ਸਕਦੇ ਤੁਸੀਂ ਅੰਦਰ ਕਿਤੇ ਨਜ਼ਾਰਾ। ਸਾਡੇ ਸਾਜਨ ਬਾਬੂ ਲੱਗੇ ਵੇ ਆਪਣੀ ਕਾਰਵਾਈ ਵੇ ਵੀਡੀਓ ਬਣਾਉਣੇ। ਜੈ ਬੋਲੇ ਸ਼ੰਕਰ। ਅੰਦਰ ਕੁਛ ਦੇਦਾ ਸੀਨ ਕਿ ਚਲੋ ਪਾਣੀ 'ਚ ਪੂਰਾ ਡੁੱਬ ਜਾਂਦਾ ਤਾਂ ਪੂਰਾ ਹੀ ਹੋ ਜਾਂਦਾ। ਦੇਖ ਸਕਦੇ ਤੁਸੀਂ ਪੂਰਾ ਨਜ਼ਾਰੇ ਇਹ ਪਿੱਛੇ ਦੇ ਦੇਦਾ ਹੈ ਭੋਲੇ ਸ਼ੰਕਰ ਦਾ ਮੰਦਰ। ਵੈਸੇ ਪਤਾ ਨਹੀਂ ਯਾਰ ਮੰਦਰ ਭੋਲੇ ਸ਼ੰਕਰ ਦਾ ਹੈ ਕਿ ਨਹੀਂ ਹੈ, ਵੈਸੇ ਵਾਧੇ ਸਥਾਪਿਤ ਕੀਤੀ ਗਈ ਹੈ। ਦੇਖ ਸਕਦੇ ਪੂਰਾ ਮੰਦਰ ਦੇਖ ਸਕਦੇ ਕਿ ਪਾਣੀ 'ਚ ਰਹਿਣ ਦੇ ਬਾਵਜੂਦ ਵੀ ਇਹ ਤੀਆਂ ਤਾਂ ਤੀਆਂ ਹੀ ਆ, ਪਰ ਇਹ ਸਾਈਡਾਂ 'ਤੇ ਜਿਹੜੇ ਮੰਦਰ ਨੇ ਹੈ ਗੇਟ ਟੁੱਟੀ ਨਾ ਕਿ ਅੱਗੇ 8 ਮਹੀਨੇ ਪਾਣੀ 'ਚ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ। ਇਨਕੋ ਪਤਾ ਨਹੀਂ ਕਿਆ ਦੇਰੀ ਹੈ, ਇਹ ਵੀ ਜਾਣ ਜਾ ਰਹੇ ਹਾਂ ਬਾਈ ਉੱਪਰ ਦੇਖ ਸਕਦੇ ਹਾਂ ਇਹ ਨਾ ਅੰਦਰ ਇਹਦਾ ਰਸਤਾ ਜਾਣੇ ਉੱਪਰ ਕਿਆ ਕਾਰੀਗਿਰੀ ਕੀਤੀ ਹੋਊਗੀ ਦੇਖ ਸਕਦੇ ਤੁਸੀਂ ਇਹ ਨਜ਼ਾਰੇ। ਪਰ ਜਦੋਂ ਪਾਣੀ ਡੁੱਬਦੀ ਹੈ ਤਾਂ ਪੂਰਾ ਡੁੱਬ ਜਾਂਦੇ ਨਾ, ਇਹ ਦੇਖ ਸਕਦੇ ਉਹ ਭਾਈ ਕਬੂਤਰ ਕੇ ਅੰਡੇ ਵੀ ਆ ਸਾਥ ਵਿੱਚ ਦੇਖ ਸਕਦੇ ਹੋ ਕਬੂਤਰੇ ਦੇ ਅੰਡੇ ਨਾ। ਤੋ ਅਭੀ ਉੱਪਰ ਜਾ ਰਹੇ ਹਾਂ, ਪਤਾ ਨਹੀਂ ਦੂਸਰੀ ਮੰਜ਼ਿਲ ਸੀ ਤੀਸਰੀ ਪਰ ਜਾ ਰਹੇ ਹਾਂ। ਇਹ ਦੇਖ ਸਕਦੇ ਯਾਰ ਸਕਦੇ ਅਸੀਂ ਉੱਪਰ ਪੁੱਜੀਏ ਨਾ, ਇਹ ਹੈ ਬਾਥੂ ਲੜੀ ਜਾਂ ਨਜ਼ਾਰਾ ਪੂਰਾ ਉੱਪਰ ਦਾ। ਦੇਖ ਸਕਦੇ ਤੁਸੀਂ ਹਾਲੇ ਤੱਕ ਵੀ ਆ ਹੀ ਜਾਂਦੇ ਨੇ ਇਹ ਨਜ਼ਾਰੇ ਦੇਖ ਸਕਦੇ ਤੁਸੀਂ। ਤਾਂ ਦੋਸਤੋ ਹੁਣ ਚੱਲ ਪਿਆ ਵਾਪਸ ਨੀਚੇ, ਹਨੇਰਾ ਬਹੁਤ ਹੈ। ਦੋਸਤੋ ਪੁੱਜੀ ਹੈ ਨੀਚੇ, ਹੁਣ ਚੱਲ ਪੈਣਾ ਆਪਣੇ ਬਾਈਕ ਵਾਲਾ। ਹੋਰ ਜਨਾਬ ਦੇਖ ਸਕਦੇ ਪੂਰੇ ਨਜ਼ਾਰੇ ਪਿੱਛੇ ਦੇ। ਬਸ ਦੋਸਤੋ ਹੁਣ ਚੱਲ ਪੈਣਾ ਹੈ ਘਰੇ, ਕਿਉਂਕਿ ਘਰੇ ਵੀ ਲੇਟ ਹੋਈ ਹੈ ਤਾਂ ਫਿਰ ਗਾਲੀਆਂ ਬੜੀਆਂ ਪਾਉਣੀਆਂ ਨਾ, ਕਿਉਂਕਿ ਟਾਈਮ ਹੋਈ ਹੈ 8:50 ਤਾਂ ਆਪਣੀ ਬਾਈਕ ਆਵਰ ਪੁੱਜਣ ਤਾਂ ਚੱਲਣਾ ਹੁਣ, ਫਿਰ ਮਿਲਦੇ ਆ ਜੀ। ਆਈ ਹੋਪ ਦੋਸਤੋ ਤਾਂ ਕਿ ਇਹ ਬਲੋਗ ਵੀ ਅੱਛਾ ਲੱਗਾ, ਕਿਉਂਕਿ ਸਾਡੇ ਜਿਹੜੇ ਹਿਮਾਚਲ ਦੇ ਕਲਚਰ ਜਿਹੜੇ ਪ੍ਰਾਚੀਨ ਉਹ ਮੰਦਿਰ ਨਾ ਵਗੈਰਾ ਜਿਹੜੀਆਂ ਬਾਥੂਏ ਲੜੀ ਹੋਈ ਜੀ, ਬਾਕੀ ਜੈਸੇ ਵੀ ਹਨ ਹੋਰ ਵੀ ਹਨ ਮੰਦਿਰ ਜਿਸ ਤਰ੍ਹਾਂ ਅਸੀਂ ਹੱਲ ਹੈ ਖੋਜ ਨਹੀਂ ਕੀਤੀ, ਮਤਲਬ ਹੱਲ ਬਲੋਗ ਨਹੀਂ ਬਣਾਇਆ, ਤਾਂ ਬੜੀ ਜਲਦੀ ਅਸੀਂ ਇਸ ਪਰ ਵੀ ਬਲੋਗ ਬਣਾਉਣਾ। ਤਾਂ ਮੇਰੇ ਇਸ ਚੈਨਲ ਮਤਲਬ ਜਵਾਲੀਆੜ ਤੁਸੀਂ ਸਬਸਕ੍ਰਾਈਬ ਕਰ ਲਿਆ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਮੈਂਟ ਜ਼ਰੂਰ ਕਰਾ ਕਿ ਤੁਹਾਡੇ ਪੜ੍ਹਾਏ ਵੀ ਥੋੜ੍ਹਾ ਸਪੋਰਟ ਹੋਵੇ। ਮਿਲਦੇ ਅਸੀਂ ਵੱਧਦੇ ਅਸੀਂ ਤਾਂ ਕਿ ਮਿਲਦੇ ਇਸ ਬਲੋਗੇ 'ਚ ਬਾਏ।